ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੇ ਵਿੱਚ ਭਾਜਪਾ ਸਾਂਸਦ ਸ਼ਵੇਤ ਮਲਿਕ ਪਹੁੰਚੇ ਸਨ, ਲੇਕਿਨ ਇਸ ਦੌਰਾਨ ਕਿਸਾਨਾਂ ਨੂੰ ਪਤਾ ਚੱਲ ਗਿਆ ਅਤੇ ਕਿਸਾਨਾਂ ਨੇ ਸ਼ਵੇਤ ਮਲਿਕ ਨੂੰ ਘੇਰ ਲਿਆ। ਇਸ ਦੌਰਾਨ ਕਿਸਾਨਾਂ ਨੇ ਭਾਜਪਾ ਦੇ ਸ਼ਵੇਤ ਮਲਿਕ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਭਾਜਪਾ ਸਾਂਸਦ ਸ਼ਵੇਤ ਮਲਿਕ ਬਟਾਲਾ ਵਿੱਚ RSS ਦੇ ਇੱਕ ਵੱਡੇ ਅਧਿਕਾਰੀ ਨੂੰ ਮਿਲਣ ਆਏ ਸਨ, ਲੇਕਿਨ ਇਸ ਦੌਰਾਨ ਕਿਸਾਨਾਂ ਨੂੰ ਸ਼ਵੇਤ ਮਲਿਕ ਬਾਰੇ ਪਤਾ ਚੱਲ ਗਿਆ ਅਤੇ ਕਿਸਾਨ ਇਕੱਠੇ ਹੋ ਗਏ ਅਤੇ ਸ਼ਵੇਤ ਮਲਿਕ ਨੂੰ ਘੇਰ ਲਿਆ। ਇਸ ਦੌਰਾਨ ਕਿਸਾਨਾਂ ਨੇ ਸ਼ਵੇਤ ਮਲਿਕ ਨੂੰ ਕਾਲੀਆਂ ਚੰਨੀਆਂ ਵੀ ਦਿਖਾਈਆਂ। ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਭਾਜਪਾ ਦੇ ਹਰ ਲੀਡਰ ਦਾ ਇਸ ਤਰ੍ਹਾਂ ਵਿਰੋਧ ਕੀਤਾ ਜਾਵੇਗਾ ਅਤੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਉਹਨਾਂ ਦਾ ਕਹਿਣਾ ਸੀ ਕਿ ਜਦੋਂ ਵੀ ਭਾਜਪਾ ਦਾ ਕੋਈ ਲੀਡਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੋਈ ਪ੍ਰੋਗਰਾਮ ਕਰੇਗਾ ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ। ਜਿਹੜਾ ਬੇਸ਼ਰਮ ਬੀਜੇਪੀ ਦੇ ਲੀਡਰ ਇੰਨੀਆਂ ਚੇਤਾਵਨੀਆਂ ਦੇ ਬਾਵਜੂਦ ਵੀ ਆਪਣੀਆਂ ਮੀਟਾਂ ਕਰਨ ਤੋਂ ਬਾਜ ਨਹੀਂ ਆਉਂਦੇ। ਇੱਥੇ ਸ਼ਵੇਤ ਮਲਿਕ ਆਇਆ ਸੀ ਬੀਜੇਪੀ ਦਾ, ਉਹਨੂੰ ਭੱਜ ਗਿਆ ਵਾ। ਅਸੀਂ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆਏ ਹਾਂ ਔਰ ਅਸੀਂ ਇਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਆਪਣੀਆਂ ਮੀਟਿੰਗਾਂ ਮੂਟੀਆਂ ਬੰਦ ਕਰ ਦਿਓ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਨਹੀਂ ਤਾਂ ਹੁਣ ਤੇ ਅੱਜ ਥੋੜਾ ਝੋਨਾ ਲੱਗਣ ਡਿਆ, ਬੰਦੇ ਆਉਣ ਡੇ, ਟਾਈਮ ਥੋੜਾ ਲੇਟ ਪਤਾ ਲੱਗਾ, ਨਹੀਂ ਤਾਂ ਸ਼ਹਿਰੋਂ ਬਾਹਰ ਨਿਕਲ ਨਹੀਂ ਤਾਂ ਸ਼ਹਿਰ ਘੇਰ ਲਿਆ ਕਰਾਂ। ਚਾਰੇ ਰੋਡ ਜਿੱਥੋਂ ਦੀ ਨਿਕਲੋਗੇ ਉੱਥੇ ਤੁਹਾਡੇ ਕੱਪੜੇ ਲਾਏ ਜਾਣਗੇ। ਇਹ ਤੁਹਾਨੂੰ ਚੇਤਾਵਨੀ ਆ, ਸਾਡੇ ਐਮ ਐਲ ਏ ਹਾਲ ਕਰ ਦੇਣਾ ਤੁਹਾਡਾ, ਤੁਹਾਡੇ ਆਪਣੇ ਲੀਡਰ ਤੁਹਾਡੇ ਵਿਰੋਧ ਬੋਲਣ ਡੇ ਨੇ, ਉਹਨਾਂ ਦੀ ਸੁਣ ਲਓ ਕੋਈ। ਅਗਰ ਤੁਸੀਂ ਇੰਨੇ ਬੇਸ਼ਰਮ ਹੋ ਚੁੱਕੇ ਹੋ, ਤੁਸੀਂ ਇਹ ਸੋਚੋ ਮੋਦੀ ਦਾ ਜਿਹੜਾ ਚਿਹਰਾ ਵਾ ਉਹ RSS ਨੇ ਪਿੱਛੇ ਕਰ ਦਿੱਤਾ। ਹੁਣ ਇਸ ਕਰਕੇ ਅਸੀਂ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਇਹ ਮੀਟਿੰਗਾਂ ਬੰਦ ਕਰੋ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ, ਔਰ ਆਪਾਂ ਤੁਹਾਡਾ ਵਿਰੋਧ ਕਰਦੇ ਰਹਾਂਗੇ। ਔਰ ਵਿਰੋਧ ਇਹ ਉਗਰ ਵੀ ਹੋ ਸਕਦਾ, ਅੱਜ ਤਾਂ ਆਪਾਂ ਚਲੋ ਨਹੀਂ ਇੰਨਾ ਕੀਤਾ, ਇਹ ਅੱਜ ਵਾਰਨਿੰਗ ਆ ਕਿ ਬਟਾਲੇ ਦੁਬਾਰਾ ਮੀਟਿੰਗ ਹੋ ਗਈ ਇਹ ਉਗਰ ਵਿਰੋਧ ਆਊਗਾ। ਇਹਦਾ ਜ਼ਿੰਮੇਵਾਰ ਜਿਹੜੀ ਹੈ ਬੀਜੇਪੀ ਸਰਕਾਰ ਹੋਊਗੀ, ਪ੍ਰਸ਼ਾਸਨ ਜ਼ਿੰਮੇਵਾਰ ਨਹੀਂ, ਪ੍ਰਸ਼ਾਸਨ ਆਪਣੀ ਡਿਊਟੀ ਕਰਨ ਡਿਆ, ਲੇਕਿਨ ਬੀਜੇਪੀ ਦੇ ਲੀਡਰ ਜਿਹੜੇ ਉਹ ਜ਼ਿੰਮੇਵਾਰ ਹੋਣਗੇ ਅਗਰ ਕੋਈ ਉਹਨਾਂ ਨੁਕਸਾਨ ਹੁੰਦਾ। ਕਿਹੜੀ ਕਿਹੜੀ ਜਥੇਬੰਦੀ ਤੁਹਾਡੀ? ਇਹਦੇ ਕਿਸਾਨ ਮਜ਼ਦੂਰ ਯੂਨੀਅਨ ਮਾਝਾ, ਪੰਜਾਬ ਕਿਸਾਨ ਯੂਨੀਅਨ, ਰੁਦੂ ਸਿੰਘ ਮਾਨਸਾ, ਕਿਸਾਨ ਸੰਘਰਸ਼ ਕਮੇਟੀ ਪੰਧੇਰ, ਇਹ ਸਾਰੀਆਂ ਜਥੇਬੰਦੀਆਂ ਜਿੰਨੀਆਂ ਲੋਕਲ ਨੇ। ਹੁਣ ਤੇ ਟਾਈਮ ਵੀ ਬਹੁਤ ਥੋੜਾ ਮਿਲਿਆ ਹੈਗਾ, ਨਹੀਂ ਤੇ ਮੈਨੂੰ ਨਿਕਲ ਨਹੀਂ ਦੇਣਾ ਆਪਾਂ ਸ਼ਹਿਰ ਦੇ ਚੋਂ ਬਾਹਰ। ਸੁਰਜੀਤ ਸਿੰਘ ਫੂਲ ਵਾਲੇ ਇਹ ਸਾਰੇ ਇੱਥੇ ਨੇ, ਕਿਰਤੀ ਕਿਸਾਨ ਯੂਨੀਅਨ। ਔਰ ਆਪਾਂ ਚੇਤਾਵਨੀ ਦਿੰਦੇ ਕਿ ਜਿਹੜਾ ਮੀਟਿੰਗਾਂ ਬੰਦ ਕਰੋ, ਨਹੀਂ ਤੇ ਹੁਣ ਜੱਟ ਝੋਨਾ ਲਾ ਕੇ ਵਿਹਲੇ ਹੋ ਗਏ ਨੇ, ਉਹ ਦੁਬਾਰਾ ਕੱਪੜੇ ਲਾਉਣਗੇ।